ਸੇਗਾਰ ਸਾਰੇ ਤੁਹਾਡੀ ਆਪਣੀ ਪੈਸੇ ਸਕਤੇ ਹੰਸ ਵਾਲਾ ਕੀ ਹਾਲ ਚਾਲ ਮੈਂ ਖਾਣ ਦੇ ਮਖਾਨੋ ਠਾਠਾ ਕਰਕੇ ਮੋਂ ਕਰਕੇ ਜੁਲਫਾ ਦੀ ਸਾਂ ਕਰਕੇ ਤੁਹਾਡੇ ਸਾਰੇ ਦਾ ਵੈਲਕਮ ਹੋ ਗਿਆ ਜੀ ਮੇਰੇ ਖਾਣ ਦੇ ਮਖਾਨੋ ਆ ਤੁਹਾਨੂੰ ਪਾਪੀ ਰਣਜੀਤ ਕੋ ਜਿੰਦੇ ਹੰਸ ਦੀ ਪੈਜ ਕਮੇਡੀ ਵਿਖਾਉਨੇ ਆ ਲਓ ਜੀ ਚਾਹ ਬਣ ਗਈ ਆ ਆਹਣ ਤੁਹਾਡਾ ਵੀਰਾ ਡਬ ਰੋਟੀ ਲੈ ਕੇ ਆਇਆ ਵਾ ਚਾਹ ਚ ਭਿਓ ਕੇ ਖਾਣੀ ਆ ਮੈਨੂੰ ਇਹ ਦੱਸੋ ਵੀ ਕਿਹੜਾ ਕਿਹੜਾ ਡਬ ਰੋਟੀਆਂ ਚਾਹ ਚ ਭਿਓ ਕੇ ਖਾਂਦਾ ਵਾ ਜਲਦੀ ਜਲਦੀ ਕਮੈਂਟ ਕਰਨੇ ਆ ਠੀਕ ਆ ਨਾ जल्दी तो जल्दी ये देखा ले प्योंदी है नहीं तो मगर पई जूगे जिंदा हंस जी आलो जी आलो आलो जी आलो आलो जी आलो लो जी लो 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 चक्को कर डब रोटियां आ जाओ आ जाओ आ जाओ आ जाओ कोई नहीं मेरे देवर तो तुम डर नहीं लगता क्या इधर आ जाओ आज सिंचाई दसो कर आ जाओ ले ना लेके आए ना खानिया मैं लो जी ये डब रोटियां जिस जनानी ने घरे रोटी नहीं पकाउनी उन्हें बंदे नूं इदां डब रोटियां खवाउणी ठीक है ना जे रोटी पकावे मैनू की लोड़ आ चाह दे विच भिओ भिओ के मैं डब रोटियां खावां ठीक है ना जिहड़ा शिव शक्ति हंस आ उह भरावा उह तां बंदा तेज आ जाके ढाबे ते जांदा कल्ला ही जाके रोटियां खा के आ जांदा वा आ मेरे लिए आ लाओ जी भाभी ने ना दो डब रोटियां भिओ के चाह दे विच हो गया ये सिक बच गई भी मैनू कोई चार करदा पिया मैनू लगदा ਕਿਤੇ ਰਾਜੂ ਤਾਂ ਨਹੀਂ ਚੇਤੇ ਕਰਦੀ ਪਈ ਮੈਨੂੰ ਮੇਰੇ ਦਿਓਰ ਯਾਦ ਕਰਦੇ ਆ ਬਿਡਬ ਰੋਟੀਆਂ ਭਿਉਂ ਭਿਉਂ ਕੇ ਖਾਣੇ ਆ ਭਿਉਂਗੇ ਤਾਂ ਭਰਾਵੋ ਖਾਣੀਆਂ ਨੇ ਜਦੋਂ ਰੋਟੀਆਂ ਨਹੀਂ ਦੇਣੀਆਂ ਜਿਹੜਾ ਤੁਹਾਡਾ ਸਿਵ ਸਕਦੀ ਹੰਸ ਆ ਠੀਕ ਆ ਨਾ ਇਹ ਤਾਂ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਖਾਂਦਾ ਵਾ ਜਦੋਂ ਮੇਰਾ ਟਾਈਮ ਆਉਂਦਾ ਵਾ ਮੈਨੂੰ ਤਾਂ ਜਾ ਕੇ ਦੁਕਾਨਾਂ ਤੋਂ ਦੋ ਡਬ ਰੋਟੀਆਂ ਲਿਆ ਦਿੰਦੇ ਨੇ ਕਹਿੰਦੇ ਉਹੀ ਚੁੱਪ ਕਰਕੇ ਖਾ ਲਾ ਐਨੇ ਇਹਨਾਂ ਵੱਡੇ ਝੂਠ ਬੋਲਦੇ ਆ ਨਾ ਸਵੇਰੇ ਉੱਠਦੇ ਆ ਪਹਿਲਾਂ ਜਾ ਕੇ ਜੂਸ ਪੀ ਕੇ ਆਉਂਦੇ ਆ ਹੈ ਫੇਰ ਜਾ ਕੇ ਪਰੌਂਠੇ ਖਾਂਦੇ ਦੇਸੀ ਘਿਓ ਲਾ ਕੇ ਤੇ ਮੱਖਣ ਲਾ ਕੇ ਮੈਨੂੰ ਕਹਿ ਦਿੰਦੇ ਆ ਰੋਟੀ ਖਾ ਲਾ ਹੈਂ ਮੈਂ ਕਿਹਾ ਮੈਂ ਤਾਂ ਆਪਣੀ ਰੋਟੀ ਖਾਣੀ ਮੈਂ ਤਾਂ ਆਪ ਢਾਬੇ ਤੋਂ ਲਿਆ ਕੇ ਦਿਓ ਪਰ ਹਨਾ ਵੀ ਮੈਂ ਵੀ ਤਾਂ ਕੰਮ ਕਰਦੀ ਆ ਘਰ ਦਾ ਕੰਮ ਨਹੀਂ ਕਰਦੀ ਮੈਂ ਹੈਂ ਬਹੁਤ ਸਾਰਾ ਕੰਮ ਮੈਂ ਬਹੁਤ ਸਾਰਾ ਘਰ ਦਾ ਕੰਮ ਕਰਦੀ ਆ ਕੇ ਵੇਖ ਲਓ ਇੰਨਾ ਕੰਮ ਕਰਦੀ ਆ ਇਹ ਇਹਦੇ ਜਿੰਨਾ ਤਾਂ ਕੋਈ ਕੰਮ ਹੀ ਨਹੀਂ ਕਰਦਾ ਹੈ ਸੌ ਲਗੇ ਨਹੀਂ ਝੂਠ ਕਾਹਦਾ ਬੋਲਦੇ ਆ ਹੈਂ ਆ ਡਬਲ ਰੋਟੀ ਤਾਂ ਭਿਉਂਗੇ ਖਾਂਦੇ ਆ ਜਿਹਨਾਂ ਦੇ ਜਾਣਾ ਦੁੱਖ ਦੇ ਐਡੇ ਐਡੇ ਕੀੜੇ ਲੱਗੇ ਹੋਏ ਨੇ ਜਾਣਾ ਨੂੰ ਝੂਠ ਨਾ ਬੋਲ ਝੂਠ ਨਾ ਬੋਲ ਕੋਈ ਜਾੜਾ ਨੂੰ ਕੀੜਾ ਲੱਗਿਆ ਇਹਦਾ ਯਾਰ ਆ ਮੂੰਹ ਖੋਲਿਓ ਲਿਓ ਤੂੰ ਹੀ ਖੋਲ ਮੂੰਹ ਲੈ ਮੇਰੇ ਤਾਂ ਇੱਕ ਵੀ ਜਾੜਾ ਨੂੰ ਕੀੜਾ ਲੱਗਾ ਇਹ ਚੀਜ਼ਾਂ ਮੈਨੂੰ ਨਹੀਂ ਪਸੰਦ ਹੈਗੀਆਂ ਆ ਦੇਖ ਮੈਂ ਤਾਂ ਫੋਕੀ ਚਾਹ ਪੀਂਦੀ ਕੱਲੀ ਹੈਗੀਆਂ ਹੈਗੀਆਂ ਮੈਨੂੰ ਨਹੀਂ ਚੀਜ਼ਾਂ ਹੈਗੀਆਂ ਹੈਗੀਆਂ ਪਸੰਦ ਠੀਕ ਆ ਨਾ ਹੈਗੀ ਹੈਗੀ ਦੇ ਬੱਚੇ ਪਤਾ ਨਹੀਂ ਕਿਹੜੇ ਪਾਸੇ ਦੀ ਬੋਲੀ ਬੋਲਦੀ ਹੈ ਹੈਗੀ ਹੈਗੀ ਯਾਰ ਝੂਠ ਘੱਟ ਬੋਲੋ ਦੇਖ ਲਓ ਹੁਣ ਕੱਪੜੇ ਧੋ ਕੇ ਚਾਹ ਬਣਾਈ ਅਸੀਂ ਹੈ ਗੱਲਾਂ ਕਰਦੇ ਆ ਇਹ ਕਹਿੰਦੇ ਨਹੀਂ ਇਹ ਕੰਮ ਨਹੀਂ ਕਰਦੀ ਝੂਠ ਬੋਲਦੀ ਆ ਕੱਪੜੇ ਮੈਂ ਧੋਬੀ ਕੋਲੇ ਸੁੱਟ ਕੇ ਆਇਆ ਨਾ ਸੌਂ ਲੱਗੇ ਝੂਠ ਨਹੀਂ ਬੋਲਦਾ ਧੋਬੀ ਦੇ ਧੋਣੇ ਆ ਸ਼ਾਮ ਨੂੰ ਪ੍ਰੈਸ ਕਰਕੇ ਫਿਰ ਘਰੇ ਪਹੁੰਚਾਉਣੇ ਆ ਤੋਬਾ ਮੇਰੇ ਮਾਲਕਾ ਹੈ ਕਿੱਡੇ ਕਿੱਡੇ ਝੂਠ ਹੈ ਤੁਸੀਂ ਤਾਂ ਨੀਡੂ ਨਾਲ ਵੀ ਜ਼ਿਆਦਾ ਕੱਪ ਮਾਰਦੇ ਆ ਸਿਵ ਸ਼ਕਤੀ ਹੰਸਾ ਨਾ ਉਹ ਭਰਾਵਾ ਇਦਾਂ ਡਬ ਰੋਟੀਆਂ ਨਹੀਂ ਖਾਂਦਾ ਨਾ ਕਿੱਦਾਂ ਖਾਂਦਾ ਉਹਨੂੰ ਮੱਖਣ ਚਾਹੀਦਾ ਉਹਨੂੰ ਕਹਿਣ ਦੇ ਮਤਲਬ ਆਈਸਕ੍ਰੀਮਾਂ ਚਾਹੀਦੀਆਂ ਉਹਨੂੰ ਦੇਸੀ ਘਿਓ ਦੇ ਵਿੱਚ ਡਬ ਰੋਟੀਆਂ ਤਲ ਕੇ ਬ੍ਰੈਡ ਤਲ ਕੇ ਤਾਂ ਖਾਂਦਾ ਉਹ ਮੇਰੇ ਵਾਂਗੂ ਨਹੀਂ ਖਾਂਦਾ ਹੈਗਾ ਸੁਣ ਲਓ ਵੀ ਜੇ ਕਿਸੇ ਨੇ ਰਿਸ਼ਤਾ ਵੀ ਕਰਨਾ ਨਾ ਅਸੀਂ ਜੇ ਮੁੰਡਾ ਵੀ ਲੱਭਣਾ ਮੁੰਡੇ ਵੀ ਸੁਣ ਲੈਣ ਸਾਥੋਂ ਸਮਝ ਗਏ ਨਾ ਇਦਾਂ ਖਾਂਦਾ ਡਬ ਰੋਟੀ ਠੀਕ ਹੈ ਨਾ ਤਾਂ ਕਿਤੇ ਗਲਾਸ ਚ ਚਾਹ ਪੀਂਦਾ ਵਾ ਠੀਕ ਹੈ ਨਾ ਕੰਮ ਕੁੰਮ ਘੱਟ ਹੀ ਕਰਦਾ ਵਾ ਜੋ ਵੀ ਕਰਨਾ ਤੁਹਾਨੂੰ ਕਰਨਾ ਪੈਣਾ ਵਾ ਹੈ ਆਦਤ ਪਤਾ ਕਿਹਨੇ ਪਾਈ ਆ ਇਹ ਲਿਆ ਕੇ ਦਿੰਦੇ ਨੇ ਕੰਚ ਦਾ ਗਲਾਸ ਕਿਤੇ ਦੂਜਾ ਗਲਾਸ ਕੱਪ ਕਿਤੇ ਵਧੀਆ ਤਾਂ ਵਧੀਆ ਹੈ ਜਿੱਥੇ ਮਰਜ਼ੀ ਚਲਾ ਜਾਵੇ ਕੰਚ ਤੋਂ ਬਿਨਾ ਉਹਨੇ ਗਲਾਸ ਤੋਂ ਬਿਨਾ ਚਾਹ ਨਹੀਂ ਪੀਣੀ ਨਾਲੇ ਇੱਕ ਗੱਲ ਤੁਹਾਨੂੰ ਹੋਰ ਮੈਂ ਦੱਸਦਾ ਮੈਂ ਉਹਨੂੰ ਆਪਣੀ ਧੀ ਕਦੇ ਸਮਝਿਆ ਨਹੀਂ ਮੈਂ ਤਾਂ ਉਹਨੂੰ ਆਪਣਾ ਪੁੱਤਰ ਸਮਝਿਆ ਕਿਉਂਕਿ ਮੇਰੇ ਕੋਲ ਇੱਕ ਹੀ ਸਿਵ ਸ਼ਕਤੀ ਹੰਸਾ ਔਰ ਉਹਨੂੰ ਮੈਂ ਆਪਣੇ ਪੁੱਤਰਾਂ ਵਾਂਗੂ ਪਾਲਿਆ ਵਾ ਮੈਂ ਤੁਹਾਨੂੰ ਵੀ ਇਹੀ ਇੱਕ ਰਾਇ ਦੇਵਾਂਗਾ ਵੀ ਹਰ ਧੀ ਨੂੰ ਤੁਹਾਨੂੰ ਮੈਂ ਗੱਲ ਦੱਸਦਾ ਇਹਦਾ ਬੁੜਾ ਕਹਿੰਦਾ ਵੀ ਮੈਂ ਬਾਗੇ ਪੁਰਾਣੇ ਤੋਂ ਚੱਲਣ ਲੱਗਿਆ ਸਾਈਕਲ ਤੇ ਵੀ ਤੁਹਾਨੂੰ ਕੋਈ ਚਾਹੀਦਾ ਤਾਂ ਨਹੀਂ ਖਾਣ ਪੀਣ ਨੂੰ ਅਸੀਂ ਕਿਹਾ ਨਹੀਂ ਸਾਡੇ ਘਰ ਬਹੁਤ ਕੁਛ ਆ ਤੇ ਲੁਧਿਆਣੇ ਦੇ ਅੰਦਰ ਐਸੀ ਕੋਈ ਚੀਜ਼ ਨਹੀਂ ਜਿਹੜੀ ਨਾ ਮਿਲਦੀ ਹੋਵੇ ਪਤਾ ਨਹੀਂ ਬੁੜੇ ਨੇ ਕੀ ਕੀਤਾ ਹੈ ਬਾਗੇ ਪੁਰਾਣੇ ਤੋਂ ਕੜੀ ਬਣਵਾ ਕੇ ਕੜੀ ਲੈ ਕੇ ਆਇਆ ਸਾਈਕਲ ਨਾਲ ਟੰਗ ਕੇ ਦੱਸ ਉਹਨੂੰ ਪੁੱਛਣ ਵਾਲਾ ਹੋਵੇ ਵੀ ਕੀ ਗੱਲਬਾਤ ਸਾਡੇ ਘਰੇ ਕੜੀ ਨਹੀਂ ਬਣਦੀ ਹੈਗੀ ਹੈ ਦੱਸ ਕੱਦੂ ਪਾ ਕੇ ਬਣਾਈ ਹੈ ਸਬਜ਼ੀ ਦਾਲ ਹੈ ਮੈਨੂੰ ਕਹਿੰਦੇ ਅੱਜ ਵੀ ਚੌਲ ਬਣਾ ਕੇ ਦੇ ਦੱਸ ਮੈਂ ਕਿੱਥੇ ਜਾਵਾਂ ਜਿਹਨੇ ਰੋਟੀ ਖਾਣੀ ਹੈ
ਮੈਨੂੰ ਕਹਿੰਦਾ ਤਾਂ ਰਹਿਣ ਦਾ ਤੂੰ ਵੀ ਚੋਰੀ ਖਾ ਲੈ ਨਾਲ ਨਹੀਂ ਫਿਰ ਕੜੀ ਕਿਹੜਾ ਲੈ ਕੇ ਆਉਂਦਾ ਸਾਈਕਲ ਦੇ ਨਾਲ ਬੰਨ ਕੇ ਇਹ ਤੇਰਾ ਬੁੜਾ ਵਾ ਉਹਨਾਂ ਨੂੰ ਪਤਾ ਵਾ ਹਾਂ ਕਿ ਮੇਰੇ ਜਵਾਈ ਨੇ ਖਾਣੀ ਆ ਕੜੀ ਅੱਛਾ ਫਿਰ ਬਾਗੇ ਬਰਾਣੇ ਨੂੰ ਲੈ ਕੇ ਕੀ ਗੱਲ ਕਰ ਹਾਂਜੀ ਇਹਦਾ ਬੁੜਾ ਲੱਗਿਆ ਜੀ ਦਾਣਾ ਮੰਡੀ 'ਚ ਬਾਗੇ ਬਰਾਣੇ ਜਦੋਂ ਨਾ ਉੱਥੇ ਲਿਖਿਆ ਸੀ ਕਾਲਖੂ ਆਰਡਰ ਫਿਰ ਕਾਲਖੂ ਆਰਡਰ ਦੇ ਵਿੱਚ ਪਤਾ ਕੀ ਹੋਇਆ ਰਾਤ ਨੂੰ ਹੋ ਗਿਆ ਹਨੇਰਾ ਤੇ ਘਰੇ ਤਾਂ ਪਹੁੰਚਿਆ ਨਹੀਂ ਖੇਤਾਂ ਦੇ ਵਿੱਚ ਇਹਨੇ ਕੀ ਕਰਿਆ ਜਾ ਕੇ ਸਾਈਕਲ ਘੁਮਾਉਂਦਾ 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 ਸਾਰੀ ਰਾਤ ਸਾਈਕਲ ਹੀ ਘੁਮਾਈ ਗਿਆ ਇਹ ਦੇਖੋ ਇਹੋ ਜਿਹਾ ਤਾਂ ਇਹਦਾ ਬੁੜਾ ਕਰਤੂਤਾਂ ਕਰਦਾ ਕਿਹੋ ਜਿਹਾ ਬੁੜਾ ਨਹੀਂ ਤੇਰਾ ਹੈ ਫਿਰ ਕੀ ਹੋ ਗਿਆ ਹੈ ਕਮਾਈ ਵੀ ਤਾਂ ਕਰਨੀ ਹੈ ਬੱਚਿਆਂ ਨੂੰ ਰੋਟੀ ਨਹੀਂ ਦੇਣੀ ਹੈ ਢਿੱਡ ਤਾਂ ਉਹਨੇ ਪਾਲਣਾ ਹੀ ਹੈ ਨਾ ਹੈ ਆ ਕੀ ਜੂਆ ਚੁਗੀ ਜਾਣੀ ਹੈ ਨਾਲ ਬਾਹਰ ਸੀਗਾ ਚੱਲ ਨਹੀਂ ਚੱਲ ਬੁੜਾ ਹਾਏ ਨਾ ਪਿਆਰ ਹਾਏ ਹਾਏ ਇੰਨਾ ਜੀ ਇੰਨਾ ਪਿਆਰ ਰਣਜੀਤ ਕੌਰ ਜੀ ਦੇ ਹੰਸ ਵਿੱਚ ਹਾਏ ਓਏ ਪਿਆਰ ਦਾ ਰੱਬ ਕੰਨੀ ਹੋਈ ਯਾਰ ਕੋਈ ਪਿਆਰ ਨਹੀਂ ਹੁੰਦੀ ਲੱਗਦਾ ਪਿਆਰ ਪੂਰ ਨਹੀਂ ਹੋਇਆ ਯਾਰ ਇਹ ਤਾਂ ਕੜੀ ਚੋਲ ਹੀ ਆ ਹੋ ਅਸੀਂ ਪਿਓ ਬਤ ਖਾਣੇ ਆ ਤਾਂ ਖਾਣੇ ਆ ਸਰੇਆਮ ਕਹਿੰਨੇ ਆ ਸਰੇਆਮ ਕਹਿੰਨੇ ਆ ਹਾਂ ਅਸੀਂ ਚੌਲਾਂ ਦੇ ਸ਼ਕੀਨ ਆ ਤਾਂ ਹੈਗੇ ਆ ਚੌਲਾਂ ਦੇ ਸ਼ਕੀਨ ਆ ਸਾਨੂੰ ਰੋਟੀ ਮਿਲੇ ਚਾਹੇ ਨਾ ਮਿਲੇ ਜ਼ਿੰਦਗੀ ਦੇ ਵਿੱਚ ਸੰਦਾਲ ਚੌਲ ਮਿਲਣ